ਮੇਰੇ तमाम ਦੋਸਤਾਂ ਨੂੰ ਭਰਾਵਾਂ ਨੂੰ ਉਸਤਾਦ ਅਸਫ ਬਲੋਰੀ ਦਾ ਅਸਲਾਮੁਅਲੈਕਮ ਮੇਰੇ ਦੋਸਤੋ ਐਸਟਰਾ ਤੇ ਮੈਂ ਜਿਹੜਾ 11 12 2023 ਦਾ ਡਰਾ ਹੋਣਾ ਉਹਦੇ ਆਸ ਤੇ ਤੁਹਾਨੂੰ ਮੈਂ ਵੀਡੀਓ ਦਿੱਤੀ ਸੀ ਤਿੰਨ ਵੀਡੀਓ ਬਣਾ ਕੇ ਆ ਗਾਲੀਬਨ 15 ਲੂਟੇ ਨਾ ਦੇ ਕੇ ਆ ਠੀਕ ਹੈ ਮੇਰੇ ਦੋਸਤੋ ਤੇ ਕੱਲ ਬੈਠੇ ਬੈਠੇ ਮੇਰੇ ਸਾਹਮਣੇ ਦੋ ਚੀਜ਼ਾਂ ਨਜ਼ਰ ਆਈਆਂ ਮੈਂ ਕਿ ਮੈਂ ਆਪਣੇ ਦੋਸਤਾਂ ਨੂੰ ਆਪਣੇ ਭਰਾਵਾਂ ਨੂੰ ਉਹ ਚੀਜ਼ਾਂ ਦੇ ਦਵਾ ਤਾਂ ਕਿ ਮੇਰੇ ਭਰਾ ਫਾਇਦਾ ਚੁੱਕ ਲੈਣ ਇਹਦਾ ਮੈਨੂੰ ਪਿਛਲੀ ਇਹ ਵੀਡੀਓ ਦੀ ਮਾਲੂਮਾ ਤਫਸੀਲ ਤੁਹਾਨੂੰ ਦੇਣੀ ਪੈਣੀ ਹੈ ਠੀਕ ਹੈ ਮੈਂ ਤੁਹਾਨੂੰ ਦੇ ਕੇ ਐਸਾ 4 6 8 1 10 ਸਫਾ ਠੀਕ ਹੈ ਇਹ ਰੂਟਿਨ ਪਹਿਲੀ ਦਿਖਾਈ ਸੀ ਫੇ ਮੈਂ ਤੁਹਾਨੂੰ ਸੈਂਟਰ ਦੇ ਚਾਲ ਦਿਖਾ ਕੇ ਵੀ ਸੈਂਟਰ ਕੱਲੀ ਦਾ ਲੱਗ ਕੇ ਜਾਣਾ ਠੀਕ ਹੈ ਮੇਰੇ ਦੋਸਤੋ ਫਿਰ ਮਤਲਬ ਉਹ ਹੱਕ ਦੇ ਸ਼ਕਲ ਤਾਂ ਖਾ ਕੇ ਆਇਆ ਐਸਾ ਇਹ 3 4 ਦੀ ਵੀ ਸ਼ਕਲ ਲਗਣੀ ਜੇ ਠੀਕ ਹੈ ਇਹ 0 1 ਦੀ ਵੀ ਲਗਣੀ ਜੇ ਫਿਰ ਉਸ ਤੋਂ ਬਾਅਦ ਮਤਲਬ ਦੱਸ ਕੇ ਐਸਾ ਮੇਰੇ ਦੋਸਤੋ ਕਲੋਜ਼ ਕਲੀ ਦਾ ਲਾਣਾ ਯੇ ਸੈਂਟਰ ਜੁਟ ਲਾ ਲੈਣਾ ਔਰ ਐਸਾ ਟੈਬ ਬਣਾਇਆ ਯੇ ਅਗਰ ਕਲੋਜ਼ ਜੁਟ ਲਾਣਾ ਯੇ ਤੇ ਸੈਂਟਰ ਕਲੀ ਦਾ ਲਾਣਾ ਅਗਰ ਕਲੋਜ਼ ਕਲੀ ਦਾ ਲਾਣਾ ਸੈਂਟਰ ਜੁਟ ਦਾ ਲਾਣਾ ਫਿਰ ਮੈਂ ਆਪਣੇ ਦੋਸਤਾਂ ਨੂੰ ਇਹ ਚੀਜ਼ ਦੇਖ ਕੇ ਐਸਾ ਮੇਰੇ ਦੋਸਤੋ ਯਕਮ ਤੋਂ ਯਕਮ ਚੀਜ਼ਾਂ ਚੱਲਦੀਆਂ ਵੀ ਉਹ ਕਹਿੰਦਾ ਵੀ ਅਗਰ ਇੱਥੋਂ ਸਫਾ ਖੇੜਨਾ ਜੇ ਇੱਥੋਂ ਕਲੋਜ਼ ਲਾ ਲੋ ਅਗਰ ਇਹ ਸਫਾ ਖੇੜਨਾ ਜੇ ਤੇ ਇਹ ਕਲੋਜ਼ ਲਾ ਲੋ ਠੀਕ ਹੈ ਮੇਰੇ ਦੋਸਤੋ ਇਹਦੇ ਚ ਤਿੰਨ ਅੱਠ ਦਾ ਇੰਸਾਬਾਰ ਜਾ ਰਿਹਾ ਫਿਰ ਮੈਂ ਤੁਹਾਨੂੰ ਇਹ ਰੂਟੀਨ ਦਿਖਾ ਕੇ ਆਇਆ ਐਸਾ ਠੀਕ ਹੈ ਮੇਰੇ ਦੋਸਤੋ ਆ ਦੇਖੋ ਦੋ ਜੁੜ ਦੇ ਸਫੇ ਇੱਕ ਕਲੀ ਦਾ ਸਫਾ ਤਿੰਨ ਤਿੰਨ ਦਾ ਸੈੱਟ ਹੈ ਯਕਮ ਤੋਂ ਯਕਮ ਦਾ ਦੋ ਜੁਟ ਤੇ ਇੱਕ ਕਲੀ ਫਿਰ ਤੁੰ ਦਿਹਾਕੇ ਦੋ ਕਲੀਆਂ ਤੇ ਇੱਕ ਜੁੱਟ ਫਿਰ ਦਿਹਾਇ ਐਸੀ ਦੋ ਕਲੀਆਂ ਇੱਕ ਜੁੱਟ ਫਿਰ ਦੋ ਦੋ ਕਲੀਆਂ ਇੱਕ ਜੁੱਟ ਫਿਰ 2023 ਸ਼ੁਰੂ ਹੋਇਆ ਏਕ ਮੇਰੇ ਦੋਸਤੋ ਅੱਲਾ ਪਾਕ ਜ਼ਿੰਦਗੀ ਤੰਦਰੁਸਤੀ ਦਵੇ ਦੋ ਜੁੱਟਾ ਇਹਦੀ ਇੱਕ ਕਲੀ ਦੋ ਜੁੱਟ ਇੱਕ ਕਲੀ ਦੋ ਕਲੀਆਂ ਇੱਕ ਜੁੱਟ ਦੋ ਕਲੀਆਂ ਤੇ ਕਹਿੰਦਾ ਜੁੱਟ ਦਾ ਸਫਾ ਆਵੇ ਉੱਥੇ ਜੁੱਟ ਦੇ ਸਫੇ ਸਾਰੇ ਆ ਫਿਰ ਮੈਂ ਆਪਣੇ ਦੋਸਤਾਂ ਨੂੰ ਇਹ ਚੀਜ਼ ਦਿਖਾ ਕੇ ਆਇਆ ਮੇਰੇ ਦੋਸਤੋ ਨੂੰ 7500 ਨੂੰ 7500 ਨੂੰ ਚੀਜ਼ ਦੇ ਕੇ ਜਾ ਰਹੇ ਆ ਠੀਕ ਹੈ ਤੁਹਾਨੂੰ ਤੋਰੋ ਤੋਰ ਚੀਜ਼ ਦਿਖਾ ਕੇ ਆਇਆ ਸਾਂ ਤੋਰੋ ਤੋਰ ਚੀਜ਼ ਦਿਖਾ ਕੇ ਆਇਆ ਸਾਂ ਮੇਰੇ ਦੋਸਤੋ ਜਿਹਦੇ ਜਿਹਦੇ ਵਿੱਚ ਮੇਰੇ ਦੋਸਤੋ ਮੈਂ ਕਹੇ ਸਫੇ ਨੂੰ ਤਾਂ ਹਰ ਚੌਥੇ ਲਫ਼ਜ਼ ਜਮਾ ਕਰੋ ਇੱਕ ਛੇ ਦੀ ਸ਼ਕਲ ਇੱਥੇ ਲੱਗ ਕੇ ਗਈ ਇੱਥੇ ਲੱਗੀ ਇਹ ਤਿੰਨ ਅੱਡ ਦੀ ਸ਼ਕਲ ਇੱਥੇ ਲੱਗੀ ਹੈ ਤੋਰੋ ਤੋਰ ਚੱਲਦਾ ਪਿਆ ਅਜਮਾ 9 4 ਦੀ ਸ਼ਕਲ ਇੱਥੇ ਲੱਗੀ 7 2 ਦੀ ਸ਼ਕਲ ਮੰਗਦਾ ਪਿਆ ਅਬ ਇਹਨਾਂ ਮੱਚੀ ਤੇ ਆਇਆ ਫਿਰ ਉਸ ਤੋਂ ਬਾਅਦ ਮੈਂ ਆਪਣੇ ਦੋਸਤਾਂ ਨੂੰ 1500 ਵਾਲਾ ਬੌਂਡ ਸਫੇਂ ਉਰ ਚੌਥੇ ਨੂੰ ਜਮ੍ਹਾਂ ਕਰਕੇ ਦੋ ਸੱਤ ਦੀ ਸ਼ਕਲ ਦੇ ਰਿਹਾ ਅੱਜ ਤੁਸੀਂ 049 ਦੀ ਫਰਕ ਲੈਣਾ ਹੈ ਫਰਕ ਹੀ ਰਾ 4 ਦਾ 49 ਦੀ ਸ਼ਕਲ ਮੰਗਦਾ ਪਿਆ ਤੁਹਾਨੂੰ ਵੀ ਚੀਜ਼ ਦੇ ਆਇਆ ਮੈਂ ਫਿਰ ਉਸ ਤੋਂ ਬਾਅਦ ਆ ਬੌਂਡ ਦੀ ਦੇਖ ਕੇ ਆ ਕੱਲੀ 6 ਦੀ ਸ਼ਕਲ ਆ ਰਹੀ ਜੀ ਠੀਕ ਹੈ ਨਾ ਸਫੇਂ ਨੂੰ ਤੇ ਸੈਂਟਰ ਨੂੰ ਜਮ੍ਹਾਂ ਕਰਕੇ 40000 ਦਾ ਕੱਲੀ 1 ਦੀ ਸ਼ਕਲ 31 ਚ ठीक है मेरे दोस्तों जमा ਕੀਤਾ 9 ਕੰਦੀ 9 ਦੀ ਸ਼ਕਲ 92 ਚ ਜਮਾ 3 ਦੀ ਸ਼ਕਲ 37 ਚ ਜਮਾ 5 5 ਦੀ ਸ਼ਕਲ 41 ਚ ਜਮਾ 1 12 ਚ ਜਮਾ 9 91 ਚ ਜਮਾ 6 ਦੀ ਸ਼ਕਲ ਮੰਗਦਾ ਪਿਆ ਐਵੇਂ ਤੁਹਾਨੂੰ ਰੂਟੀਨ ਦੇ ਆ ਫਿਰ ਉਹ ਆਪਣੇ ਦੋਸਤਾਂ ਨੂੰ ਇਹ ਚੀਜ਼ ਦਿਖਾਈ ਸੀ ਮੇਰੇ ਦੋਸਤੋ ਇਹ ਦੇਖੋ ਦੋ ਕੋਲਰ ਵੱਡੇ ਲੱਗੇ ਛੋਟਾ ਲੱਗਾ ਫਿਰ 2 ਕਿਲੋ ਛੋਟੇ ਲੱਗੇ ਵੱਡਾ ਲੱਗਾ ਤਿੰਨ-ਤਿੰਨ ਦਾ ਸੈਟ ਦੋ ਕਿਲੋ ਛੋਟੇ ਤੇ ਇੱਕ ਵੱਡਾ ਫਿਰ 2 ਕਿਲੋ ਛੋਟੇ ਤੇ ਇੱਕ ਵੱਡਾ ਦੋ ਕਿਲੋ ਵੱਡੇ ਤੇ ਇੱਕ ਛੋਟਾ ਫਿਰ ਦੋ ਕਿਲੋ ਛੋਟੇ ਤੇ ਇੱਕ ਵੱਡਾ ਫਿਰ 2 ਕਿਲੋ ਛੋਟੇ ਤੇ ਇੱਕ ਵੱਡਾ ਫਿਰ 2 ਕਿਲੋ ਛੋਟੇ ਤੇ ਇੱਕ ਵੱਡਾ ਫਿਰ ਦੋ ਕਿਲੋ ਛੋਟੇ ਤੇ ਅਜ ਕਦ ਦਾ ਕਲੋਜ਼ ਵੱਡਾ ਲਗਣਾ ਤੇ ਵੱਡਾ ਕਲੋਜ਼ ਪਿਆ ਜੇ ਅਗਰ ਵੱਡੇ ਕਲੋਜ਼ ਜਾਨਾ ਚਾਹੁੰਦੇ ਹੋ ਇਹ 6 ਦਾ 8 ਤੱਕ ਦਾ 0 ਦਾ ਵੱਡਾ ਕਲੋਜ਼ ਹੁੰਦਾ ਜੀ ਠੀਕ ਹੈ ਇਹਨਾਂ ਕੱਲੀ ਦਾ ਸੈਂਟਰ ਪਾ ਲਓ ਅਗਰ ਸਾਦਾ ਕਲੋਜ਼ ਲਾਣਾ ਜੇ ਇਹਨਾਂ ਜੁਟਦਾ ਸੈਂਟਰ ਲਾ ਲਓ ਨੋ ਦਾ ਕਲੋਜ਼ ਲਾਣਾ ਜੇ ਇਹਨਾਂ ਜੁਟਦਾ ਸੈਂਟਰ ਲਾ ਲਓ ਐਵੇਂ ਮੈਂ ਤੁਹਾਨੂੰ ਤਫਸੀਲ ਦੇ ਆਇਆ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਚੀਜ਼ ਦੇ ਕੇ ਆਇਆ ਜਦੋਂ ਜੋੜਾ ਲੱਗ ਜਾਂਦਾ ਹੈ 1500 ਵਾਲੇ ਬੌਂਡ 'ਚ ਔਰ ਇਹ ਬਾਅਦ ਡਰਾ ਇਹ ਲੱਗਦਾ 40000 'ਚ 1500 ਦਾ ਡਰਾ ਲੱਗਾ 40000 'ਚ ਇਹ ਲੱਗਾ ਇਹ ਸਫਾ ਤੇ ਕਲੋਜ਼ ਨੂੰ ਜਮਾ ਕਰਕੇ 9 4 ਦੀ ਸ਼ਕਲ ਸਫਾਈਆਂ ਕਲੋਜ਼ ਲੱਗਣਾ ਹੈ ਦੁਬਾਰਾ ਜੋੜਾ ਜਦੋਂ ਲੱਗੇ ਤਾਂ ਉਦੋਂ ਅੱਜ ਗਾਲਬਨ ਲੱਗ ਚੁੱਕੇ ਹੈ ਜੇ ਜਮਾ 49 ਜੇ ਕਹਿੰਦਾ 49 ਦਾ ਹਿੰਸਾ ਸਫਾਈਆਂ ਕਲੋਜ਼ ਲਾ ਲੈਣਾ ਮੈਂ ਆਪਣੇ ਦੋਸਤਾਂ ਨੂੰ ਇਹ ਵੀ ਚੀਜ਼ ਦੇ ਆਇਆ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੇਖ ਕੇ ਆਇਆ ਜਦੋਂ 99 ਲੱਗਦੀ ਹੈ ਚੌਥਾ ਤੇ ਪੰਜਵਾਂ ਲਫ਼ਜ਼ ਉਹਦੇ ਅੱਗੇ ਡਰਾ ਲੱਗਦਾ 99 ਜਿੱਥੇ ਮਰਜ਼ੀ ਲੱਗ ਜਾਵੇ ਉਹਦੇ ਅੱਗੇ ਲੱਗਾ 18 17 ਦਾ ਭੂੜਾ 7 ਨੰਬਰ ਤੋਂ 2 ਜ਼ਿਆਦਾ 7 ਨੰਬਰ ਜੇ 2 ਨਫੀ ਇਹ ਸਫਾ ਦੁਬਾਰਾ ਲੱਗੇਗਾ ਜਦੋਂ 99 ਆਈ ਉਹਦੇ 15 ਦਿਨ ਬਾਅਦ ਵੈਸਪਾਨੀ ਦਾ ਸਫਾ ਲੱਗਾ ਅੱਜ ਤੁਸੀਂ ਅੰਧਰੀ ਨਵੇਂ ਲੱਗ ਚੁਕੀ ਲੱਗ ਚੁਕੀ ਹੈ ਠੀਕ ਹੈ ਮੇਰੇ ਦੋਸਤੋ ਇਹ ਲੱਗੀ ਹੈ 55 7990 ਐਨ 99 ਤੇ ਲੱਗ ਚੁਕੀ ਹੈ ਤੁਸੀਂ ਇੱਥੇ ਆ ਨਾ ਇੱਥੇ ਇੱਕ ਦਾ ਤੇ ਪੰਜ ਦਾ ਸਫਾ ਤੁਹਾਨੂੰ ਦੇ ਰਿਹਾ ਠੀਕ ਹੈ ਜਿਹਦੀ ਮਾਲੂਮਾਤ ਮੈਂ ਤੁਹਾਨੂੰ ਦੇ ਆ ਪੂਰੀ ਦੇ ਆ ਚੀਜ਼ ਫਿਰ ਉਸ ਤੋਂ ਬਾਅਦ ਇਹ ਕਰੰਟ ਚੱਲਦਾ ਪਿਆ ਜੀ ਅੱਲਾਹ ਪਾਕ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਆ ਸੰਟਰ ਲੈ ਲੋ ਤੇ ਆ ਪੰਜਵਾਂ ਫਿਕਰ ਲੈ ਠੀਕ ਹੈ ਇਹ ਦੇਖੋ 4 ਨੂੰ ਨੂੰ ਇੱਥੇ ਲਾਓ ਇਹ 5000 ਇੱਥੇ ਲੈ ਆਓ 16 ਆ ਚਾਰ ਨੂੰ ਦੇ ਜਮਾ ਜੇ 16 ਦੇ ਹਿੱਸੇ ਦੇ ਨਾਲ ਨਾਲ ਹਿੱਸੇ ਦੇ ਨਾਲ ਤੁਸੀਂ ਆਕਰੇ ਬਣਾ ਲਓ ਠੀਕ ਹੈ ਇਹ ਬੈਕ ਆਕਰੇ ਚੱਲਦੇ ਜੇ ਤੋਰੋ ਤੋਰ ਚੱਲਦੇ ਵਿੱਚ ਇਹਦੀ ਜਗ੍ਹਾ ਤੇ ਡਰਾ ਲੱਗਾ ਜੱਲ੍ਹਾ ਤਾਲਾ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ 91 ਮੇਰੇ ਦੋਸਤਾਂ ਨੇ ਕਿਹਾ ਸੀ 9154 ਅੱਲਾ ਪਾਕ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ 9154 78 ਮੇਰੇ ਦੋਸਤ ਕੰਦੇ ਵੀ ਸਾਈ ਤੁਸੀਂ ਇਹ ਡਰਾ ਲਿਖਣਾ ਸੀ ਦੇਖੋ ਇੱਥੇ ਵੀ ਫਿਗਰ ਇਹੀ ਪਿਆ ਜੇ 7 ਦਾ ਇਹ 7 ਨੂੰ ਬਾਹਰ ਲਿਆਓਗੇ ਇਹ 7 ਤੇ ਇਹ 2 ਇਹਦੇ ਨਾਲ ਹੀ ਤੁਸੀਂ ਬਣਾਣਾ ਜੀ ਲਿੰਕ ਲੈ ਕੇ ਤੇਰਾ ਸੈਂਟਰ ਜੀ ਪੰਜ ਦਾ ਇਹ ਪੰਜ ਨੰਬਰ ਦੇ ਨਾਲ ਲੈ ਕੇ 5 0 ਤੁਸੀਂ ਚਮਾ ਪੂਰੀ ਕਰੋਗੇ ਤਾਂ ਵੀ ਤੁਹਾਡੇ ਇਹੀ ਇਹੀ ਸੈੱਟ ਬਣਨੇ ਆ ਤਾਂ ਵੀ ਤੁਹਾਡੇ ਸੈੱਟ ਇਹੀ ਬਣਨੇ ਆ ਠੀਕ ਹੈ ਮੇਰੇ ਦੋਸਤੋ ਉਹ ਵੀ ਗੱਲ ਕਲੀਅਰ ਹੋ ਗਈ ਇਹ ਪੰਜਵਾਂ ਫਿਗਰ ਲਿੰਕ ਬਣਾ ਲਓ ਐ ਤੇਰਾ ਘਰ ਤੇ ਸੈਂਟਰ 5 ਜੇ 50 ਦੀ ਜਮਾ ਪੂਰੀ ਕਰ ਲੋ ਇੱਥੇ ਵੀ ਬਾਤ ਉਹੀ ਜੇ ਠੀਕ ਹੈ ਇਹੇ ਬੈਕਅਪ ਮੰਦੇ ਆ 77 23 ਤੇ 32 ਦੀ ਫੇ ਦੋ ਦੋ ਦਾ ਸੈਟ ਤੁਹਾਨੂੰ ਦੱਸਿਆ ਸੀ 15 7 29 7 ਇੱਧਰ ਲਿਖ ਲੋ ਯਕਮ ਤੋਂ ਯਕਮ ਫਿਰ 41 74 ਦੋਨਾਂ ਸੈਂਟਰ ਦੇ ਜਮਾ 5 ਬਣੇ ਇਹ ਨੇਰਾ ਘਰ ਲਾਤਾ ਇਹਨਾਂ ਜਮਾ 5 ਪੂਰੀ ਹੋਈ ਇਹਰਾ ਘਰ ਲਾਤਾ ਇੰਨਾ ਜਮਾ 5 ਪੂਰੀ ਹੋਈ ਇਹਦੀ ਜਮਾ 6 ਕੀਤੀ ਉਹਨੇ ਇਹਦੀ ਜਮਾ 5 ਕੀਤੀ ਇਹਦੀ ਜਮਾ 6 ਕੀਤੀ ਇੰਨਾ ਜਮਾ 8 ਹੋਈਏ ਤੇਰਾ ਘਰ ਕੀਤਾ ਇੰਨਾ ਜਮਾ 8 ਹੋਵੇ ਤੇ ਇਹਦਾ ਘਰ ਕਰੇ ਇੱਥੇ 17 ਦੀ ਕੱਲੀ ਬੈਗ ਜੇ ਉਹ ਮੈਂ ਤੁਹਾਨੂੰ ਦਿਹਾ ਮੇਰੇ ਦੋਸਤੋ ਫਿਰ ਉਸ ਤੋਂ ਬਾਅਦ ਤੋਂ ਦੇ ਗਿਆ ਚੀਜ਼ ਰੱਖੀ ਮੇਰੇ ਦੋਸਤੋ ਦੋ ਕਲੀਆਂ ਲੱਗੀਆਂ ਯਕਨ ਤੇ ਇੱਥੇ ਕੱਲੀ ਜੁੱਟ ਲਾਣਾ ਇੱਥੇ ਕੱਲੀ ਜੁੱਟ ਲੱਗੀ ਐ ਇੱਥੇ ਦੋ ਜੁੱਟੀਆਂ ਦੋ ਕਲੀਆਂ ਸੀ ਇੱਥੇ ਦੋ ਜੁੱਟ ਲੱਗੇ ਇੱਥੇ ਕੱਲੀ ਜੁੱਟੀ ਲੱਗਣਾ ਸੀ ਇੱਥੇ ਕੱਲੀ ਝੁੱਟ ਲੱਗਿਆ ਇੱਥੇ ਦੋ ਝੁੱਟੀਆਂ ਦੋ ਕਲੀਆਂ ਸੀ ਇੱਥੇ ਦੋ ਕਲੀਆਂ ਲੱਗੇ ਤੇ ਕੱਲੀ ਝੁੱਟੀ ਲੱਗਣਾ ਸੀ ਮੇਰੇ ਦੋਸਤੋ ਇੱਥੇ ਅੱਜ ਕੱਲੀ ਝੁੱਟ ਲੱਗ ਚੁੱਕੀ ਆ ਇੱਥੇ ਦੋਵੇਂ ਹਿੱਸੇ ਕੱਲੀ ਦੇ ਲੱਗਨੇ ਆ ਜਾਂ ਦੋਵੇਂ ਹਿੱਸੇ ਝੁੱਟ ਦੇ ਲੱਗਨੇ ਆ ਐਵੇਂ ਤੁਹਾਨੂੰ ਤਫਸੀਲ ਦਿਆ ਆ ਅੱਜ ਦੀ ਜਿਹੜੀ ਤਫਸੀਲ ਮੈਂ ਤੁਹਾਨੂੰ ਲੈ ਕੇ ਆਂ ਜਿਹਦੀ ਖਾਸ ਚੀਜ਼ ਤੁਹਾਨੂੰ ਆਪਣੇ ਭਰਾਵਾਂ ਦੋਸਤਾਂ ਨੂੰ ਦੇਣੀ ਸੀ ਉਹ ਐ ਸੀ ਇਹ ਕੰਰੰਟ ਰਾਹ ਤੇ ਚੱਲਦੀ ਪਈ ਜੀ ਸਭ ਤੋਂ ਪਹਿਲੇ 26 ਤੋਂ ਚੱਲੀ ਏ 2604 53 ਉੱਤੇ ਜਿਹੜਾ ਚੌਥਾ ਫੀਕਰ ਲੱਗਾ ਹੈ ਇਹ ਤੇਰਾ ਘੱਟ ਸੈਂਟਰ ਕਰ ਲੋ ਠੀਕ ਹੈ ਮੇਰੇ ਦੋਸਤੋ ਇਹ ਸੈਂਟਰ ਕਰ ਲੋ ਇਹਦਾ ਆਖਰੀ ਹਿੰਸਾ ਜਿਹੜਾ ਲੱਗਾ ਨੇ ਇਹਦੇ ਥੱਲੇ 41 17 ਤੇ 47 17 ਤੇ 82 ਆਖਰੀ ਹਿੰਸਾ 202 ਦਾ ক্লোਜ਼ ਕਰ ਲੋ 202 ਦਾ ক্লোਜ਼ ਕਰ ਲੋ ਤੇ ਇਹ 49 ਦਾ ਸੈਂਟਰ ਕਰ ਲੋ ਇੱਥੇ ਬਣਾਓ 24 ਤੇ 29 74 ਤੇ 79 ਇਹ ਚਾਰ ਬੈਕਾ ਸੀ ਇਹਦੇ ਅਗੇ ਆਪਣੀ ਮਰਜ਼ੀ ਦਾ ਸਫਾ ਲਾ ਲੋ ਉਨੇ ਆ ਕੇ ਅਗੇ ਡਰਾ ਜਦੋਂ ਫਸਟ ਮਾਰਿਆ 91 ਉਹਦੇ ਵਿੱਚ ਨ 54 ਸੈਕਿੰਡ ਲਗਾਈ ਮੇਰੇ ਦੋਸਤੋ ਅੱਛਾ ਵੀ ਦੀ ਬੈਗ ਇੱਥੇ ਆਈ ਇਹ ਇਹ ਖਾ ਚੀਜ਼ਾਂ ਜੀ ਨੇ ਮੈਂ ਲੈ ਕੇ ਆਪਣੇ ਦੋਸਤਾਂਾਂ ਸੇ ਮੈਂ ਕਿ ਮੈਂ ਰੱਖ ਦਵਾਂ 41 ਦਾ ਚੌਥਾ ਫਿਗਰ ਸੀ 7 ਦਾ ਇਹ 7 2 ਠੀਕ ਹੈ ਇਹ ਸੈਂਟਰ ਲੱਗਣਾ ਸੀ ਇਹ ਜਿਹੜਾ ਆਖਰੀ ਲਫਫ ਸੀ ਇਹ ਤੇਰਾ ਘਰ ਕਲੋਜ਼ ਲੱਗਣਾ ਸੀ ਇਹ 3 8 8 ਨੂੰ ਇੱਥੇ ਲਾਲ ਰੱਖ ਲਓ ਇਹ 2 7 ਦਾ ਕਲੋਜ਼ ਲਾ ਲਓ 82 ਤੇ 87 37 ਤੇ 32 ਜਿਹਦੇ ਵਿੱਚੋਂ ਡਰਾ ਲੱਗਾ ਜਦੋਂ 32 ਫਸਟ ਆਈ ਉਹ ਤੋਂ 037 ਸੈਕਿੰਡ ਆਈਏ ਦੇਖੋ ਮੇਰੇ ਬਾਅਦ ਚੋਂ ਇਹ 37 ਦੀ ਬੈਗ ਆ ਗਈ। ਇਹ 37 ਦੀ ਬੈਗ ਪਿੱਛੇ ਲੱਗ ਗਈ। ਤਫਾ ਆਪਣੀ ਮਰਜ਼ੀ ਦਾ ਲਾਓ। ਫਿਰ ਡਰਾ ਲੱਗਾ 320812 ਇਹਦੇ ਉੱਤੇ ਲਫਜ਼ ਪਿਆ 4 ਦਾ ਇਹ 49 ਦਾ ਸੈਂਟਰ ਜੇ ਇਹ ਆਖਰੀ ਹਿੱਸਾ ਕੁ ਲੋਜ ਜੇ। ਇਹ 27 ਲਿਖ ਲਵੋ ਇਹਨਾਂ 49 ਪਿੱਛੇ ਲਾ ਦਿਓ। 242974 ਤੇ 79 1987474 ਦੀ ਬੈਕ ਚੁੱਕ ਲਈ ਜਦੋਂ 72 ਫਸ ਲੱਗੀ ਸੀ 72720702 ਲਿਖੀ ਪਤਾ ਨਹੀਂ 02 ਸੀ ਇਹ 27 ਚੁੱਕ ਕੇ ਨਾ ਹੁਣ 02 ਸੀ 2 ਹੀ ਲਿਖਣਾ ਹਾਂਜੀ ਇਹ 2 ਨੰਬਰ ਚੁੱਕ ਕੇ ਇੱਥੇ ਰਾ ਲਓ 27 ਕਰ ਲਓ ਤੇ ਇਹ ਜਿਹੜਾ 8 ਨੰਬਰ ਤੇ ਉੱਤੇ ਲੱਗਾ ਇਹ ਸੈਂਟਰ ਕਰ ਲਓ ਇਹ ਤੇਰਾ ਕਰ ਇੱਥੇ ਬੈਕਅਪ ਬਣਾ ਦਿਓ 78 73 23 ਤੇ 28 ਇਹਦੇ ਆ ਕੇ ਆਪਣੀ ਮਰਜ਼ੀ ਦਾ ਓਪਨ ਲਗਾ ਲਓ ਉਹਨੇ ਆ ਕੇ 72 3 ਸੈਕਿੰਡ ਲਈ ਜਦੋਂ 91 ਲੱਗੀ ਸੀ 91 ਦਾ ਆਖਰੀ ਸੰਜੇ 6 ਦਾ 1 6 ਦਾ ਕਲੋਥ ਲਾ ਲਓ ਇਹਦੇ ਉੱਤੇ ਸੈਂਟਰ ਲੱਗਾ ਇਹ 2 ਦਾ ਇਹ 2 7 ਦਾ ਸੈਂਟਰ ਲਾ ਲਓ 1 6 ਦਾ ਕਲੋਥ ਲਾ ਕੇ 62 ਤੇ 67 12 ਤੇ 17 ਜਦੋਂ ਡਰਾ ਲੱਗਾ ਦੋ ਪੈਕਾਂ ਲੱਗੀਆਂ 16 ਦਾ 2 ਸੈਕਿੰਡ ਲੱਗੇ ਤੇ 86 7 ਸੈਕਿੰਡ ਲੱਗੇ ਦੋ ਪੈਕਾਂ ਲੱਗੀਆਂ ਤੂੰ ਪਿੱਛੇ ਫਿਰ ਉਸ ਤੋਂ ਬਾਅਦ ਜਦੋਂ 74 ਫਸਟ ਆਈ ਸੀ ਇਹਦੇ ਉੱਤੇ ਆਖਰੀ ਇਨਸਾਈਕ ਸੀ 16 ਦਾ ਕਲੋਜ਼ ਲਾ ਲਓ ਇਹਦੇ ਉੱਤੇ ਸੈਂਟਰ ਦਾ ਅਚਾ ਲੱਗਾ ਹੀ 4 ਦਾ ਇਹ 49 ਉਹਦਾ ਸੈਂਟਰ ਲਾ ਲਓ ਚੌਥਾ ਫਿਕ ਲੱਗਾ ਹੈ ਨਾ ਜਿਹੜਾ ਇਹ ਸੈਂਟਰ ਕਰ ਲਓ ਕਹਿੰਦਾ 14 ਲਾ ਲਓ ਤੂੰ 19 ਲਾ ਲਓ ਕਹਿੰਦਾ ਵੀ 64 ਲਾ ਲਓ ਤੋ 69 ਲਾ ਲਓ ਜਿਹਦੇ ਚ 4 ਬੈਕਾਂ ਵਿੱਚੋਂ ਬੈਕ ਲੱਗ ਕੇ ਗਈ 84 ਦੀ 84 ਇੱਕ ਸੈਕਿੰਡ ਲੱਗ ਕੇ ਗਈ ਅੱਜ ਮੇਰੇ ਦੋਸਤ ਲੱਗੀ ਹੈ 55 79 90 ਆਖਰੀ ਲਫਜ਼ 0 ਜੇ ਇਹ 05 ਦਾ ਕਲੋਜ਼ ਲਾ ਲਓ ਇਹਦੇ ਉੱਤੇ ਲੱਗਾ ਜੇ ਚੌਥਾ ਫਿਗਰ 9 ਦਾ ਕੰਦਾ 94 ਦਾ ਸੈਂਟਰ ਲਾ ਲਓ ਮੇਰੇ ਦੋਸਤੋ ਆ 4 ਬੈਕਾ ਜਾਂ 09 04 56 59 ਮੇਰੇ ਦੋਸਤੋ ਤੁਸੀਂ ਨਾ ਫੌਰੀ ਤੌਰ ਤੇ ਮੇਰੇ ਦੋਸਤੋ ਇਹਨਾਂ 4 ਬੈਕਾਂ ਤੇ ਗੌਰ ਕਰੋ ਠੀਕ ਹੈ ਤੁਸੀਂਤਾ ਦਾ ਸਭ ਲੋਰੀ ਪ੍ਰਾਈਸ ਬੋਰਡ ਦੇਖਦੇ ਹੋ YouTube ਚੈਨਲ ਤੇ ਮੇਰੀ ਵੀਡੀਓ ਦੇਖ ਕੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਔਰ ਬੈਲ ਵਾਲਾ ਬਟਨ لازਮੀ ਦਬਾਇਆ ਕਰੋ ਤਾਂ ਕਿ ਮੇਰੀ ਆਨ ਵਾਲੀਆਂ ਵੀਡੀਓ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚੇ ਮੇਰੇ ਦੋਸਤੋ ਇਹ ਚਾਰ ਬੈਕਾ ਸੀ ਮੇਰੇ ਕੋਲ ਨਿਕਲਦੀਆਂ ਪਈਆਂ ਵੀਡੀਓ ਬਣਾਉਣ ਦਾ ਮਕਸਦ ਹੈ ਸਿਰ ਮੈਂ ਆਪਣੇ ਦੋਸਤਾਂ ਨੂੰ ਇਹ ਚੀਜ਼ ਦੇ ਦਿਆਂ ਮੇਰੇ ਦੋਸਤਾਂ ਨੂੰ ਕੋਈ ਫਾਇਦਾ ਚੁੱਕਣ ਇਹਦੇ ਵਿੱਚੋਂ ਕੋਈ ਬੈਗ ਚੁੱਕ ਲਓ ਉਹ ਦੋ ਦੋ ਬੈਕਾਂ ਲੱਗਦੇ ਉਹ ਦੋ ਦੋ ਪੈਕਟ ਲੱਗਦੇ ਬਈ ਠੀਕ ਹੈ ਮੇਰੇ ਦੋਸਤੋ ਇਹਦੇ ਵਿੱਚੋਂ ਕੋਈ ਚੀਜ਼ ਐਸੀ ਪਸੰਦ ਕਰ ਲਓ ਇਹਦੇ ਅੱਗੇ ਓਪਨ ਲਾ ਕੇ ਬੰਡਲ ਚੁੱਕ ਲੈਣਾ ਠੀਕ ਹੈ ਮੇਰੇ ਦੋਸਤੋ ਮੈਂ ਪੂਰੀ ਤਫਸੀਲ ਜਿਹੜੀ ਹੈ ਨਾ ਪੂਰੀ ਤਫਸੀਲ ਉਰਦੂ ਦੇ ਵਿੱਚ ਜਿਹੜੀ ਮੈਂ ਰੂਟੀਨ ਬਣਾਨਾ ਵਾ ਬਣਾਨਾ ਪੂਰੀ ਤਫਸੀਲ ਜਿਹੜੀ ਮੈਂ ਥੱਲੇ ਦੇ ਕੇ ਆਇਆ ਹੁਣਾ ਵਾ ਤਾਂ ਕਿ ਤੁਸੀਂ ਉਰਦੂ ਦੇ ਵਿੱਚ ਆਸਾਨੀ ਨਾਲ ਪੜ ਲਵੋ ਠੀਕ ਹੈ ਮੇਰੇ ਦੋਸਤੋ ਆਓ ਅੱਗੇ ਚੱਲਨੇ ਆਂ ਦੂਸਰੀ ਤਫਸੀਲ ਹੈ ਇਹ ਇਹ ਚੱਲਦੀ ਪਈ ਜੇ 47 1 ਤੋਂ ਇਹ ਉਰਦੂ ਦੇ ਵਿੱਚ ਤਫਸੀਲ ਪੜ ਲਵੋ ਮੇਰੇ ਦੋਸਤੋ ਠੀਕ ਹੈ ਪੂਰੀ ਚੀਜ਼ ਮੈਂ ਲਿਖ ਕੇ ਆਇਆ ਤੁਸੀਂ ਦੇਖਦੇ ਹੋ ਉਸਤਾਦ ਅਸਮਦੋਰੀ ਪ੍ਰਾਈਸ ਬਣ YouTube ਚੈਨਲ ਤੇ ਮੇਰੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਪਹਿਲਾ ਵਾਲਾ ਬਟਨ لازمی ਦਬਾਇਆ ਕਰੋ ਦੇਖੋ ਮੇਰੇ ਦੋਸਤੋ ਬੜਾ ਆਸਾਨ ਜਿਹਾ ਤਰੀਕਾ ਏ ਕੋਈ ਵੀ ਕਲੋਜ਼ ਲੈ ਲੋ ਕੋਈ ਵੀ ਹਿੰਸਾ ਲੈ ਲੋ 1 2 3 4 5 6 7 8 9 ਤੇ ਐ 10 10 ਤੇ ਜਾ ਕੇ ਜ਼ੀਰੋ ਦਾ ਇਨਸਾਨ ਦਾ ਦੋ ਦੋ ਜਮਾ ਕਰਨੇ ਤੁਸੀਂ ਕੁਛ ਨਹੀਂ ਕਰਨਾ ਦੋ ਦੋ ਜਮਾ ਕਰਨੇ ਆ ਇੱਕ ਚ ਦੋ ਜ਼ਿਆਦਾ ਕਰੋ ਤੇ ਤਿੰਨ ਦੋ ਚ ਦੋ ਜ਼ਿਆਦਾ ਕਰਾਵੇ ਇੱਕ ਚ ਦੋ ਜ਼ਿਆਦਾ ਕਰੀ ਤੇ ਤਿੰਨ ਇੱਥੇ ਗਿਣਤੀ ਵਧਾ ਦੇ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਜ਼ੀਰੋ ਇੱਕ ਤੇ ਐ ਦੋ ਆਪ ਹਿੰਸੇ ਵੱਧਦੇ ਜਾਂਦੇ ਇੱਥੇ 1 2 3 4 5 6 7 8 9 0 1 1 ਦੋ ਜ਼ਿਆਦਾ ਕਰੋਗੇ ਤਿੰਨ ਆਈਦਾ ਤਿੰਨ ਤੋਂ ਵਧਾ ਕੇ ਚਾਰ 5 6 7 8 9 0 1 2 ਆਪੇ ਦੋ ਦੋ ਹਿੱਸੇ ਵਾਧ ਦੇ ਜਾਂਦੇ ਦੂਸਰੇ ਪਾਸੇ ਫਿਰ ਇੱਕ ਲਿਖ ਲੋ 1 2 3 4 5 6 7 8 9 ਤੇ 0 ਠੀਕ ਹੈ ਸਭ ਤੋਂ ਪਹਿਲੇ ਤੇ ਗੱਲ ਹੈ ਜੇ ਇੱਕ ਦੇ ਵਿੱਚੋਂ ਦੋ ਹਿੱਸੇ ਕੱਢੀਏ ਤੇ ਨੋ ਬੰਦੇ ਪਹਿਲੇ ਦੋ ਜਮਾ ਕੀਤੇ ਸੀ ਹੁਣ ਦੋ ਨਫੀ ਕਰਨੇ ਆ ਇੱਕ ਜੋ ਦੋ ਨਫੀ ਕਰੀਏ ਤੇ ਨੋ 0 1 2 3 4 5 6 7 8 ਗਿਣਤੀ ਪੂਰੀ ਹੋ ਗਈ ਇੱਥੋਂ ਦੋ ਦੋ ਨਫੀ ਹੋ ਗਏ ਦੋ ਦਾਣੇ ਮਾਈਨਸ ਦੋ ਦਾਣੇ ਮਾਈਨਸ ਦੋ ਦਾਣੇ ਮਾਈਨਸ ਦੋ 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 ਮਾਈਨਸ ਇਹ ਤਫਸੀਰ ਇਸ ਤਰ੍ਹਾਂ ਚੱਲਦੀ ਵੀ ਜਿਹੜੀ ਚੀਜ਼ ਜਿਸ ਤਰ੍ਹਾਂ ਚੱਲਦੀ ਮੇਰੇ ਦੋਸਤੋ ਮੇਰਾ ਕੰਮ ਹੀ ਉਸੇ ਤਰ੍ਹਾਂ ਦਵਾ ਜਦੋਂ ਲੱਗੇ ਨਾ 47 ਇੱਕ ਫਸਟ ਉਹਦੇ ਵਿੱਚ ਮੇਰੇ ਦੋਸਤੋ 28 6 ਸੈਕਿੰਡ ਲੱਗੀ ਸੀ ਇਹਦੇ ਵਿੱਚੋਂ ਇਹ 86 ਦੀ ਬੈਕ ਇੱਥੇ ਮਗਰ ਆਈ ਸੀ। ਤਫਾ ਆਪਣੀ ਮਰਜ਼ੀ ਦਾ ਬੈਕ ਚੁੱਕੋ ਇੱਥੋਂ। ਫਿਰ ਉਸ ਉਪਰ 91 5 ਫਰਸਟ ਆਈ ਸੀ। ਇਹਦੇ ਵਿੱਚ ਦੋ ਬੰਡਲ ਸੈਕੰਡ ਲੱਗੇ ਸੀ 52 4 ਤੇ 37 5। ਦੇਖੋ 2 ਮਾਈਨਸ ਹੋ ਕੇ 24 ਮੇਰੇ ਕੋਲ ਇੱਥੋਂ ਪਈ 24 ਇੱਥੇ ਲੱਗੀ ਹੈ। 75 ਲੱਗੀ ਹੈ 75 ਮੇਰੇ ਕੋਲ ਇੱਥੇ ਪਈ ਹੋਣੀ ਹੈ। ਆ ਦੇਖੋ 75 ਦੋ ਬੈਕਾਂ ਮੇਰੀਆਂ ਲੱਗੀਆਂ ਪਹਿਲੀ ਦਫਾ ਇੱਕ ਬੈਕ ਆਈ ਹੁਣ ਦੋ ਦੋ ਬੈਕਾਂ ਚਲਦੀ ਐ ਭਈ ਇਹ ਦੋ ਦੋ ਬੈਕਾਂ ਮੇਨ ਮਕਸਦ ਮੇਰਾ ਐ ਸੀ ਜਦੋਂ 32 0 ਫਰਸਟ ਆਈ ਏ ਦੇਖੋ 20 ਪਈ ਸੀ 32 0 ਤੇ ਇਹ ਚ 1 61 3 ਸੈਕਿੰਡ ਲੱਗੀ ਸੀ ਦੇਖੋ ਮੇਰੇ ਸੋਹਣੇ ਅੱਲਾਹ ਤਾਲਾ ਜ਼ਿੰਦਗੀ ਤੰਦ 31 ਦੀ ਬੈਕ ਇੱਥੇ ਪਈ ਸੀ ਜਿਹੜੀ ਲੱਗੀ ਆ 20 ਦੀ ਬੈਕ ਪਈ ਸੀ ਦੋ ਦੇ ਸਫੇ 'ਚ 20 ਦੀ ਬੈਕ ਆ ਦੇਖੋ 20 ਪਈ ਸੀ ਇਹਦੇ ਇੱਕ ਤਿੰਨ ਦਾ ਸਫਾ ਲੱਗਾ ਦੋ ਬੈਕਾਂ ਆਈਆਂ ਦੋ ਬੈਕਰ ਲੱਗਦੀਆਂ ਪਈਆਂ ਜਿੱਦੋਂ 75 7 ਫਸਟ ਲੱਗੀ ਸੀ ਇਹਦੇ ਚ 77 5 ਆਇਆ ਸੀ ਸੈਕੰਡ ਤੇ 88 6 ਆਇਆ ਸੀ ਮੇਰੇ ਦੋਸਤੋ ਦੇਖੋ ਫਿਰ 75 ਦੀ ਬੈਕਰ ਨੂੰ ਚੁੱਕੀ ਹੈ ਫਿਰ 86 ਦੀ ਬੈਗ ਚੁੱਕੀ ਹੈ ਪਿੱਛੇ ਲਈ ਸਫਾ ਆਪਣੀ ਮਰਜ਼ੀ ਦਾ ਠੀਕ ਹੈ ਮੇਰੇ ਦੋਸਤੋ ਹੋ ਸਕਦਾ ਤੁਹਾਡੇ ਕੋਲ ক্লোਜ਼ ਅੱਛਾ ਹੋਵੇ ਤੁਸੀਂ ਚੀਜ਼ ਬਣਾਈ ਹੋ ਉਹਨਾਂ ਤੋਂ ਸੈਂਟਰ ਆਸਾਨੀ ਨਾਲ ਲੱਗ ਜਾਵੇ ਠੀਕ ਹੈ ਨਾ ਸੈਂਟਰ ਚ ਦੋ ਵਧਾ ਲਓ ਜਾਂ ਦੋ ਘਟਾ ਲਓ ਜਦੋਂ 93 ਇੱਕ ਫਸਟ ਲੱਗੀ ਸੀ ਠੀਕ ਹੈ ਮੇਰੇ ਦੋਸਤੋ ਦੇਖੋ 31 31 ਵੀ ਇੱਥੇ ਪਈ ਸੀ ਮੇਰੇ ਕੋਲ ਦੇਖੋ 31 93 ਦੇ ਨਾਲ 31 ਲੱਗੀ ਫਿਰ 21 ਲੱਗੀ ਸੀ ਤਿੰਨ ਨਾਲ ਦੇਖੋ 13 ਵੀ ਪਈ ਸੀ ਮੇਰੇ ਕੋਲ ਇਹ 13 ਇੱਥੇ ਲੱਗੀ ਫਿਰ 31 ਆਈ ਦੋ ਜਗ੍ਹਾ ਤੇ 31 ਲੱਗ ਕੇ ਗਈ 43 1 ਤੇ 93 1 31 ਵੀ ਆ ਗਈ 31 ਵੀ ਆ ਗਈ ਤੇ 13 ਤੇ ਤਿੰਨ ਬੰਡਲ ਲੱਗੇ ਪਿੱਛੇ ठीक है मेरे दोस्तों मैं ता ये चीज बनाइए जो तो 74 फर्स्ट आई है 74 3 ਇਹਦੇ ਚ ਦੋ ਬੰਡਲ ਲੱਗੇ ਸੀ 24 6 ਨਾਲ ਠੀਕ ਹੈ ਤੇ 55 7 ਨਾਲ 55 7 फर्स्ट आई देखो ਇੱਥੇ 46 ਦੀ ਬੈਗ ਪਈ ਸੀ ਇਹ 46 ਪਈ ਜੇ ਦੇਖੋ ਇੱਥੇ 57 ਪਈ ਸੀ 57 ਪੰਜ ਦੇ ਸਫੇ ਦੇਖੋ 57 ਪਈ ਸੀ ਦੇਖੋ ਇੱਥੇ ਵੀ ਬੈਗ ਆਈ ਇੱਥੇ ਵੀ ਬੈਗ ਆਈ ਮੇਰੇ ਦੋਸਤੋ ਅੱਜ 55 7 ਲੱਗ ਚੁੱਕੀ ਏ ਇੱਥੇ ਟਰਾ ਹੋਣਾ ਹੈ ਯਕਮ ਤੇ ਮੇਰੇ ਦੋਸਤੋ ਇੱਥੋਂ ਕੋਈ ਸੈੱਟ ਚੁੱਕ ਲਓ ਉਹ ਦੋ ਸੈੱਟ ਲੱਗਦੇ ਪਏ ਜੇ ਕਿਸੇ ਟਾਈਮ ਤਿੰਨ ਆ ਜਾਂਦੇ ਜੇ ਦੋ ਸੈੱਟ ਤੇ ਲਾਜ਼ਮੀ ਲੱਗਦੇ ਪਏ ਜੇ ਇਹਦੇ ਵਿੱਚੋਂ ਕੋਈ ਸੈੱਟ ਪਸੰਦ ਕਰਕੇ ਆਪਣੀ ਮਰਜ਼ੀ ਦਾ ਓਪਨ ਲਗਾ ਲਓ ਇਨਸ਼ਾਅੱਲਾ ਹੁ ਤਾਲਾ ਤੁਹਾਡੀ ਚੀਜ਼ ਆਈ ਇਹਦੀ ਵੀਡੀਓ ਬਣਾਉਣ ਦਾ ਮਕਸਦ ਹੈ ਐਸੇ ਮੇਰੇ ਦੋਸਤੋ ਇਹ ਦੋ ਦੋ ਤਿੰਨ ਤਿੰਨ ਸੈੱਟ ਚੱਲਦੇ ਪਏ ਸੀ ਤਮ ਤਾਂ ਤੁਹਾਨੂੰ ਇਹ ਚੀਜ਼ ਦਿੱਤੀ ਸੀ ਠੀਕ ਹੈ ਦੂਸਰੀ ਬਾਤ ਹੈ ਜੇ ਅੱਲਾਹ ਪਾਕ ਜ਼ਿੰਦਗੀ ਤੰਦਰੁਸਤ ਰੂਸੀ ਦਵੇ ਇਹ ਚਾਰ ਬੈਕਾਂ ਜੋ ਬੈਕ ਚੱਲਦੀ ਪਈ ਜੇ ਇਹਦੇ ਅੱਗੇ ਤੁਸੀਂ ਆਪਣੀ ਮਰਜ਼ੀ ਦਾ ਸਫਾ ਲਗਾ ਲਓ ਠੀਕ ਹੈ ਮੇਰੇ ਦੋਸਤੋ ਅਗਰ ਵੀਡੀਓ ਤੇ ਸਮਝ ਨਾ ਲੱਗੇ ਕੋਈ ਗੱਲ ਦੀ ਸਮਝ ਨਾ ਲੱਗੇ ਤੁਸੀਂ ਕਾਲ ਕਰ ਸਕਦੇ ਹੋ ਠੀਕ ਹੈ ਮਾਲੂਮਾਤ ਲੈ ਸਕਦੇ ਹੋ ਇਨਸ਼ਾ ਅੱਲਾਹ ਤਾਲਾ ਅਸੀਖੇ ਤੁਮ ਤਾਂ ਅਸੇ ਬੈਠੇ ਹੈ ਮੇਰੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਪਹਿਲਾ ਵਾਲਾ ਬਟਨ ਦਬਾਇਆ ਕਰੋ ਔਰ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ ਇਹ ਮੇਰਾ ਹੱਕ ਹੈ ਇਨਸ਼ਾ ਅੱਲਾਹ ਤਾਲਾ ਮੇਰਾ ਹੱਕ ਮੈਨ ਦਿਆ ਕਰੋ ਇਸੇ ਤਰੀ ਮੈਂ ਅਚੀ ਤਰੀ ਅਚੀਆਂ ਚੀਜ਼ਾਂ ਬਣਾਵਾ ਕਰਾਂ ਆਪਣੇ ਦੋਸਤਾਂ ਨੂੰ ਭੇਜਾਂ ਕਰਾਂ ਤਮਾਮ ਦੋਸਤਾਂ ਨੂੰ ਭਰਾਵਾਂ ਨੂੰ ਉਸਤਾਦ ਅਸਬਲੋੜੀ ਦਾ ਅਸਲਾਮੁਅਲੈਕਮ